You're listening to CNN Toronto, Chawla News Network Toronto. ਜੁੜ ਚੁੱਕੇ ਨੇ ਮਿੰਟੂ ਜੀ, ਵੈਲਕਮ, ਸਵਾਗਤ ਹੈ ਜੀ ਇਹਨੂੰ, ਸਤਿ ਸ੍ਰੀ ਅਕਾਲ ਯਾ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਕੀ ਹਾਲ, ਠੀਕ ਠਾਕ ਹੋ? ਵਧੀਆ ਜੀ, ਚੜ੍ਹਦੀ ਕਲਾ ਜੀ। 9058131320 9058131320 ਇਸ ਤੋਂ ਪਹਿਲਾਂ ਕਿ ਅਸੀਂ ਗੱਲਬਾਤ ਆਰੰਭ ਕਰੀਏ, ਤੁਸੀਂ ਵੀ ਕੋਈ ਸਵਾਲ ਕਰਨਾ ਹੋਵੇ ਤਾਂ ਕਰ ਸਕਦੇ ਹੋ। ਇਹਨਾਂ ਦਿਨਾਂ ਦੇ ਵਿੱਚ ਕਾਫੀ ਵੱਡੀ ਤਾਦਾਦ ਦੇ ਵਿੱਚ NRIs ਜਿਹੜੇ ਨੇ ਉਹ ਵਤਨ ਵਾਪਸ ਆਪਣੇ ਦੇਸ਼ ਜਾਂਦੇ ਨੇ, ਕਿਉਂਕਿ ਸਾਡੇ ਇੱਥੇ ਕੰਮ ਕਾਰ ਥੋੜ੍ਹਾ ਬਹੁਤਾ ਇੱਕ ਸਲੋ ਵੀ ਹੁੰਦਾ ਹੈ, ਅਤੇ ਇਹਨਾਂ ਦਿਨਾਂ ਦੇ ਵਿੱਚ ਉੱਥੇ ਘੁੰਮਣ ਫਿਰਨ ਵਾਸਤੇ, ਵਿਆਹ ਸ਼ਾਦੀਆਂ ਵਾਸਤੇ, ਆਪਣੇ ਕੰਮ ਕਾਰ ਵਾਸਤੇ ਜਿਹੜੇ ਸਾਡੇ ਵੀਰ ਜਿਨ੍ਹਾਂ ਨੂੰ ਅਸੀਂ NRI ਕਹਿੰਦੇ ਹਾਂ, ਜਿਨ੍ਹਾਂ 'ਚ ਅਸੀਂ ਵੀ ਸ਼ਾਮਿਲ ਹਾਂ, ਨੋਨ ਰੈਜੀਡੈਂਸ ਇੰਡੀਅਨ ਜਾਂਦੇ ਨੇ, ਪਤਾ ਲੱਗਾ ਹੈ ਕਿ NRI ਤੋਂ ਮੰਗੀ ਗਈ ਹੈ ਰੰਗਦਾਰੀ। ਕਿੱਥੋਂ ਦਾ ਮਾਮਲਾ, ਕੀ ਕਹਿਣਾ ਚਾਹੋਗੇ? ਦੇਖੋ, ਇਹ ਮਾਮਲਾ ਜਿਹੜਾ ਇਹ ਜੁੜਿਆ ਪਿੰਡ ਜੱਸੜਵਾਲ ਦੇ ਨਾਲ। ਉੱਥੇ ਕੋਈ ਪਰਿਵਾਰ ਆਇਆ ਹੋਇਆ ਸੀਗਾ, NRI ਫੈਮਿਲੀ ਆਈ ਹੈ, ਤੇ ਦੱਸਦੇ ਅਮੈਰੀਕਾ ਤੋਂ ਆਏ ਸੀਗੇ, ਤੇ ਜੇਲ੍ਹ ਦੇ ਵਿੱਚੋਂ ਫੋਨ ਕੀਤਾ ਕਿਸੇ ਨੇ, ਕੋਈ ਉੱਥੇ ਹੋਏਗਾ ਕੋਈ, ਮਤਲਬ ਕਿ ਕੋਈ, ਬਈ ਅੱਜ ਕੱਲ੍ਹ ਤੁਹਾਨੂੰ ਪਤਾ ਜਿਹੜੇ ਇਸ ਤਰ੍ਹਾਂ ਦੇ ਬੰਦੇ ਆ ਉਹ ਜੇਲ੍ਹਾਂ 'ਚ ਬੈਠੇ ਹੁੰਦੇ ਆ, ਕਿਉਂਕਿ ਉਹਨਾਂ ਦਾ ਬਿਜ਼ਨਸ ਜੇਲ੍ਹ ਦੇ ਵਿੱਚੋਂ ਵੀ ਬਹੁਤ ਸ਼ਾਨਦਾਰ ਚੱਲਦਾ। ਤਾਂ ਕਾਲ ਕੀਤੀ, ਕੋਈ ਹੈਗਾ ਤਲੇਵਾ, ਸ਼ਾਇਦ ਉਹਦਾ ਨਾਮ ਆ ਭੁਪਿੰਦਰ ਤਲੇਵਾ, ਜਿਹਦੇ 'ਤੇ ਦੋਸ਼ ਲੱਗਾ ਕਿ ਉਹ ਕਤਲ ਕੇਸ ਦੇ ਵਿੱਚ ਕੈਦ ਕੱਟਣ ਡਿਆ, ਤੇ ਉਹਨੇ ਇਸ ਫੈਮਿਲੀ ਨੂੰ ਫੋਨ ਕੀਤਾ ਕਿ 10 ਲੱਖ ਰੁਪਈਏ ਦਾ ਇੰਤਜ਼ਾਮ ਕਰੋ, ਅੱਛਾ, ਨਹੀਂ ਤੇ ਹਿਸਾਬ ਕਿਤਾਬ ਤੁਸੀਂ ਜਿਹੜਾ ਲਾ ਲਿਓ। ਹੁਣ ਕੇਸ ਤੇ ਦਰਜ ਕਰ ਲਿਆ ਗਿਆ, ਕੇਸ ਦਰਜ ਕਰ ਲਿਆ ਗਿਆ, ਜਿਹੜਾ ਬੰਦਾ ਜੇਲ੍ਹ ਦੇ ਵਿੱਚ ਉਹਨੇ ਤੇ ਕਿੱਥੇ ਚਲੇ ਜਾਣਾ, ਉਹਦੀ ਅਰੈਸਟ ਪੈ ਜਾਂਦੀ ਹੁੰਦੀ ਹੈ ਉਸੇ ਕੇਸ ਦੇ ਵਿੱਚ, ਫੇਰ ਜਿਹੜਾ ਨਵਾਂ ਰਜਿਸਟਰਡ ਹੁੰਦਾ। ਪਰ ਇਹ ਬੜੀ ਮਤਲਬ ਕਿ ਸਾਡੇ ਵਾਸਤੇ ਇੱਥੇ ਚਿੰਤਾ ਤੁਰ ਕਰਨ ਵਾਲੀ ਗੱਲ ਆ। ਅੱਗੇ ਮੋਗੇ ਦੇ ਵਿੱਚ ਵੀ ਇੱਕ NRI ਦੇ ਘਰ ਦੇ ਅੱਗੇ ਘਰਦੇ ਗਾੜੀ ਹੋ ਗਈ ਸੀਗੀ ਫਾਇਰਿੰਗ, ਉਹਨੂੰ ਉੱਥੇ ਵੀ ਪੈਸੇ ਲਈ ਕਾਲ ਆ ਰਹੀ ਸੀ ਜਿੱਥੇ ਰਹਿ ਰਿਹਾ ਸੀਗਾ, ਜਦ ਉਹਨੇ ਪੈਸੇ ਨਹੀਂ ਦਿੱਤੇ ਉਹ ਇੱਥੇ ਆਇਆ। ਹਿਸਾਬ ਲਾ ਲਓ ਐਡਾ ਤਗੜਾ ਨੈਟਵਰਕ ਆ, ਪਤਾ ਲੱਗ ਗਿਆ ਕਿ ਉੱਥੋਂ ਚੱਲ ਪਿਆ, ਇੱਥੇ ਆ ਗਿਆ, ਇੱਥੇ ਫਾਇਰਿੰਗ ਹੋ ਗਈ, ਅੱਛਾ, ਉਹਦੇ ਘਰ ਦੇ ਅੱਗੇ, ਪਤਾ ਨੀ ਕਿਵੇਂ ਮੁੜ ਕੇ ਫਿਰ ਨਿਕਲ ਗਿਆ ਇੱਥੇ ਕਿ ਕੀ ਹਿਸਾਬ ਕਿਤਾਬ ਹੋਇਆ, ਉਹਦੇ ਘਰ ਦੇ ਅੱਗੇ ਵੀ ਫਾਇਰਿੰਗ ਹੋਈ ਸੀਗੀ। ਤਾਂ ਮਤਲਬ ਕਿ ਇਹ ਸਾਰਾ ਕੁਝ ਚੱਲਦਾ ਪਿਆ। ਹੁਣ ਇੱਥੇ ਤੁਹਾਡੇ ਵੀ ਜੋ ਚੱਲਦਾ ਉਹ ਵੀ ਅਸੀਂ ਸੁਣਦੇ ਪੜ੍ਹਦੇ ਹਾਂ, ਖਬਰਾਂ ਤੇ ਹੁਣ ਇੱਕੋ ਜਿਹੀਆਂ। ਬਿੰਦੂ ਜੀ, ਸਾਨੂੰ ਤਾਂ ਅਸੀਂ ਹੁਣ ਮੱਕਿਓਂ ਪੜੇ ਅਯਾੜ ਵਾਲੀ ਗੱਲ ਆ, ਕਿੱਥੇ ਜਾਈਏ ਹੁਣ, ਹਾਲਾਤ ਇੱਥੇ ਦੇ ਵੱਧ ਤੇ ਬਦਤਰ ਹੁੰਦੇ ਜਾ ਰਹੇ ਨੇ। ਸਹੀ ਗੱਲ ਹੈ, ਜੇ ਅਸੀਂ ਇੱਥੇ ਇੱਥੇ ਤੁਹਾਡੀਆਂ ਖਬਰਾਂ ਸੁਣਦੇ ਹਾਂ, ਤੇ ਉੱਥੇ ਇਹ ਸਾਨੂੰ ਮਿਲਦਾ ਹੈ ਕਿ ਯਾਰ ਇੰਡੀਆ 'ਚ ਬੈਠੇ ਲੋਕ ਕੁਛ ਇਹ ਕਰਾਈ ਜਾਂਦੇ। ਬਿਲਕੁਲ, ਹੁਣ ਤੁਹਾਨੂੰ ਇੱਕ ਦੱਸੀਏ ਕਿ ਨਾਂ ਨਹੀਂ ਲੈਣਾ ਚਾਹੁੰਦੇ ਸਾਡਾ, ਕਈ ਨਾ ਇੰਝ ਲੱਗਦਾ ਕਿ ਜਿੰਨਾ ਹੁਣ ਰੰਗਲਾ ਪੰਜਾਬ 2 ਘੰਟੇ ਸਵੇਰੇ ਚੱਲਦਾ, 2 ਘੰਟੇ ਸ਼ਾਮ ਚੱਲਦਾ, 3 ਮਹੀਨੇ ਬਿਹਾਈਂਡ, 2 ਮਹੀਨੇ ਬਿਹਾਈਂਡ ਸਟੇਸ਼ਨ ਤੋਂ ਕਿਸੇ ਵੇਲੇ ਹੋ ਜਾਂਦੇ ਹਾਂ ਅਸੀਂ, ਭਾਈ ਅੱਜ ਦੇ ਦਾਂਗੇ ਕੱਲ੍ਹ ਦੇ ਦਾਂਗੇ, 1.5-2 ਮਹੀਨੇ ਤਾਂ ਬਿਹਾਈਂਡ ਰਹਿੰਦੇ ਹੀ ਰਹਿੰਦੇ ਹਾਂ ਨਾ, 1 ਘੰਟੇ ਦਾ $400 ਦਿੰਦੇ ਹਾਂ, ਮਰਮਰ ਬੁੱਢੀ ਵੈਨ ਪਾਵੇ ਲੋਕਾਂ, ਭਾਣੇ ਵਿਆਹ ਵਾਲੀ ਮੈਂ ਗੱਲ ਤਾਂ ਕਹਿਣ ਲੱਗਾ ਕਿ ਆਹ ਵੱਡੇ ਵੱਡੇ ਘਰ ਜਿਹੜੇ ਭਲਿਆਂ ਵੇਲਿਆਂ ਦੇ ਜਿਨ੍ਹਾਂ ਨੇ ਜ਼ਮੀਨ ਜਾਇਦਾਦ ਲਈ ਹੈ ਸਸਤੀਆਂ, ਉਹਨਾਂ ਨੇ ਘਰ ਬਣਾ ਲਏ ਨੇ, ਉਹ ਪਿੱਲਰਾਂ ਵਾਲੇ ਘਰ ਹੋਣਗੇ ਜਾਂ ਸੋਹਣੀ ਗੱਡੀ ਲੈ ਲਈ, ਗੱਡੀ ਵੀ ਲੀਜ਼ 'ਤੇ ਹੁੰਦੀ ਹੈ ਮਿੰਟੂ ਜੀ, ਸੋਰੀ, ਮੌਰਗੇਜਾਂ ਘਰਾਂ ਦੀਆਂ ਨਾ ਪੂਰੀਆਂ ਤੁਨੀਆਂ ਪਈਆਂ ਹੁੰਦੀਆਂ ਨੇ, ਜੇ 5 ਲੱਖ ਦਾ ਘਰ ਆ ਤਾਂ 4 ਲੱਖ ਦੀ ਮੌਰਗੇਜ ਹੋਣੀ ਹੀ ਹੋਣੀ ਹੈ, ਕੋਈ ਜਿੰਨਾ ਮਰਜ਼ੀ ਮੁੱਛਾਂ ਨੂੰ ਅਟਕਾ ਕੇ ਦੇ ਕੇ ਕਹੇ ਕਿ ਮੇਰੇ ਕੋਲ ਫਰੀ ਹੈ, ਕੋਈ ਬਹੁਤ ਜ਼ਿਆਦਾ ਮਿਹਨਤ ਵਾਲਾ ਹੋਊਗਾ ਜਾਂ ਪੁਰਾਣੇ ਆਏ ਨੇ ਚੰਗਿਆਂ ਵੇਲਿਆਂ ਦੇ ਆਏ, ਸਾਰਾ ਟੱਬਰ ਕਮਾਉਂਦਾ ਤਾਂ ਕਰ ਲਿਆ ਹੋਊਗਾ ਫਰੀ ਉਹਨਾਂ ਨੇ। ਭਾਈ ਕੰਮਾਂ ਦੇ ਉੱਤੇ ਜਾ ਕੇ ਤੁਸੀਂ ਵੇਖੋ, ਸਟੋਰਾਂ 'ਤੇ, ਗਰੋਸਰੀ ਸਟੋਰਾਂ 'ਤੇ ਜਾਂ ਕੋਈ ਵੀ ਕਿਸੇ ਵੀ ਕੰਮ ਦੇ ਵਿੱਚ ਆਪ ਸਾਰਾ ਟੱਬਰ 12-12, 13-13, 14-14 ਘੰਟੇ ਮਰਨ ਦਿਆ ਹੁੰਦਾ, ਅਤੇ ਇੱਥੇ ਫਰੌਤੀਆਂ ਲਈ ਘਰ ਬੰਬਾਂ ਨਾਲ ਡਾ ਦਾਂਗੇ, ਉਹ ਕਰ ਦਾਂਗੇ, ਆਹ ਕਰ ਦਾਂਗੇ, ਘਰਾਂ 'ਚ ਵੜ ਜਾਂਦੇ ਨੇ। ਪਿੱਛੇ ਜੇ ਇੱਕ ਮੈਂ ਹੁਣ ਡਿਸਕਲੋਜ਼ ਕਰ ਦਿੰਦਾ ਕਿਉਂਕਿ ਗੱਲ ਕਾਫੀ ਹੈ, ਘੜੀਆਂ ਤੱਕ ਲਵਾ ਕੇ ਲੈ ਗਏ, ਬੈਲਟਾਂ ਤੱਕ ਵੀ ਲਵਾ ਕੇ ਲੈ ਗਏ, ਪਤਾ ਲੱਗਾ ਕੀ ਕਰੋਗੇ ਤੁਸੀਂ, ਘਰਾਂ 'ਚ ਸੇਫ ਥੋੜ੍ਹੀ ਹੈ ਤੁਸੀਂ। ਉੱਤੋਂ ਸਾਡੀ ਸਰਕਾਰ ਜੀ ਦਿਲ ਖੋਲ੍ਹ ਕੇ ਗੱਫੇ ਵੰਡੀ ਜਾਂਦੀ ਹੈ, ਪਤਾ ਨਹੀਂ ਕੀ ਕਰਨਾ ਇਹਨੇ, ਅਜੇ ਕੋਈ ਸ਼ਾਨ ਬਹਿਣ ਨਹੀਂ ਹੈਗੀ। ਉੱਥੋਂ ਜਿਹੜਾ ਕਲੀਨ ਚਿੱਟ ਲੈ ਲਿਆ ਗਿਆ, ਲੈਣਾ ਉੱਥੇ ਜਿਵੇਂ ਮਿਲਦੀਆਂ ਕਲੀਨ ਚਿੱਟਾਂ ਦੇਸ਼ਾਂ ਵਿਦੇਸ਼ਾਂ ਦੇ ਬਾਹਰਲੇ ਮੁਲਕਾਂ 'ਚ, ਸਾਨੂੰ ਪਤਾ ਹੀ ਹੈ, ਇੰਨੇ ਹਾਲਾਤ ਪਤਲੇ ਨੇ ਇੱਥੇ, ਬਹੁਤ ਬੁਰਾ ਹਾਲ ਹੈ, ਬਹੁਤ ਜ਼ਿਆਦਾ। ਪਹਿਲਾਂ ਉੱਥੇ ਸੁਣਦੇ ਹੁੰਦੇ ਸੀ ਯੂਪੀ ਬਿਹਾਰ 'ਚ ਸੁਣਦੇ ਹੁੰਦੇ। ਇਹਦੇ ਵਿੱਚ ਦੇਖੋ ਮੈਂ ਇੱਕ ਚੀਜ਼ ਕਹਾਂ ਕਿ ਚਲੋ ਇਹ ਜਿਹੜੇ ਇਸ ਤਰ੍ਹਾਂ ਦੇ ਨਾਮੀ ਬਦਮਾਸ਼ ਹੁੰਦੇ ਉਹ ਪਹਿਲਾਂ ਵੀ ਪੈਸੇ ਲੈਂਦੇ ਰਹੇ ਨੇ,
ਪਹਿਲਾਂ ਵੀ ਪੈਸੇ ਮਤਲਬ ਕਿ ਜਿਵੇਂ ਕੋਈ ਵੱਡਾ ਸ਼ਾਹੂਕਾਰ ਆ ਆੜਤੀ ਆ ਉਹਦੇ ਤੋਂ ਪ੍ਰੋਟੈਕਸ਼ਨ ਮਨੀ, ਫਿਰ ਜਿੱਦਾਂ ਅੰਡਰਵਰਲਡ ਹੋਇਆ ਫਿਲਮ ਇੰਡਸਟਰੀ ਚੋਂ, ਪਰ ਜਿਸ ਤਰ੍ਹਾਂ ਹੁਣ ਇੱਥੇ ਆ ਸਿਲਸਿਲਾ ਚੱਲਿਆ, ਹਜ਼ੂਰ ਇੱਥੇ ਇਹ ਵੀ ਨਹੀਂ ਪਤਾ ਲੱਗਦਾ ਕਿ ਅਸਲੀ ਕੌਣ ਹੈ ਨਕਲੀ ਕੌਣ ਹੈ। ਇੱਕ ਲੋ ਇੱਕ ਮਿਸਤਰੀ ਨੂੰ ਫੋਨ ਆ ਗਿਆ, ਦੱਸੋ ਉਹ ਕਹਿੰਦਾ ਮੈਂ ਤੇ ਦੇਸੀ ਕਰੰਟੀ ਵਰਤਦਾ ਯਾਰ, ਮੈਂ ਕੀ ਕਿੱਥੋਂ ਪੈਸੇ ਦੇਵਾਂ ਤੁਹਾਨੂੰ? ਨਹੀਂ ਦੇ ਤੂੰ, ਦੇਣੇ ਪੈਣੇ ਤੈਨੂੰ। ਉਹ 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 ਪਤਾ ਨਹੀਂ ਨਕਲੀ ਗੈਂਗਸਟਰ ਬਣ ਗਿਆ ਕੋਈ। ਉਹ ਕਹਿੰਦਾ 5 ਲੱਖ ਰੁਪਈਆ ਦੇ, ਉਹ ਕਹਿੰਦਾ ਭਰਾਵਾ ਮੈਂ ਤੇ ਦਿਹਾੜੀ ਲਾਉਣ ਚੱਲਿਆ, ਦੱਸ ਤੇਰੇ ਆ ਜਾਣਾ ਕੋਈ ਖੁੱਡਾ ਖੱਡਾ ਬਣਾਉਣਾ ਤਾਂ ਦੱਸ, ਮੈਂ ਕਿੱਥੋਂ ਪੈਸੇ ਦੇਵਾਂ। ਤਾਂ ਇੱਦਾਂ ਹੁੰਦਾ ਕਿ ਜਦੋਂ ਤੁਸੀਂ ਇਸ ਤਰ੍ਹਾਂ ਜਿਹੜੇ ਕਿਰਤੀ ਲੋਕ ਹੈ, ਐਨ ਆਰ ਆਈ ਵੀ ਕਿਰਤੀ ਹੈ, ਐਨ ਆਰ ਆਈ ਨੇ ਕਿਹੜਾ ਉੱਥੇ ਜਾ ਕੇ ਕੋਈ ਬੈਂਕ ਲੁੱਟ ਕੇ ਪੈਸੇ ਬਣਾਏ ਹੁੰਦੇ ਆ। ਗੱਲ ਇਹ ਆ ਕਿ ਜਦੋਂ ਤੁਸੀਂ ਇਸ ਤਰ੍ਹਾਂ ਫਿਰ ਹੇਠਲੇ ਤਬਕੇ ਤੱਕ ਪਹੁੰਚ ਜਾਂਦੇ ਹੋ, ਆਮ ਬੰਦੇ ਤੱਕ ਪਹੁੰਚ ਜਾਂਦੇ ਹੋ, ਤਾਂ ਫਿਰ ਜਦੋਂ ਤੁਹਾਡੇ ਇਨਕਾਊਂਟਰ ਹੋਣੇ ਸਟਾਰਟ ਹੋ ਜਾਂਦੇ, ਫਿਰ ਹਮਦਰਦੀ ਗਵਾ ਬੈਂਦੇ ਹੋ। ਬਿਲਕੁਲ, ਫਿਰ ਅਸਲੀ ਹੋਵੇ ਜਾਂ ਨਕਲੀ ਹੋਵੇ ਲੋਕ ਸ਼ੁਕਰ ਹੀ ਮਨਾਉਂਦੇ ਆ, ਮਰ ਗਿਆ ਚੰਗਾ ਹੋਇਆ। ਇਹ ਚੀਜ਼ ਜਿਹੜੀ ਹੈ ਨਾ, ਉਹ ਇਹਨਾਂ ਨੂੰ ਵੀ ਸੋਚਣੀ ਚਾਹੀਦੀ ਆ। ਹਾਲਾਂਕਿ ਦੇਖੋ, ਮੈਂ ਪਿੱਛੇ ਜੇ ਇੱਕ ਗੋਲਡੀ ਬਰਾੜ ਦੀ ਇੰਟਰਵਿਊ ਸੁਣ ਰਿਹਾ ਸੀ, ਉਸਨੇ ਕਿਹਾ ਕਿ ਯਾਰ 5,000 ਤਾਂ ਸਾਡਾ ਕੇਸ ਵਾਰ ਆ, ਐਡਾ ਤਕੜਾ ਸਾਡਾ ਨੈਟਵਰਕ ਹੈ, ਗੈਂਗਾਂ ਚਲਾਉਣੀਆਂ, ਪੈਸੇ ਤੇ ਇਕੱਠੇ ਕਰਾਂਗੇ, ਪੈਸੇ ਨਾਲ ਹੀ ਚੱਲਣੀਆਂ। ਪਰ ਹੁਣ ਰੌਲਾ ਤੇ ਇਹ ਆ ਕਿ ਜਦੋਂ ਤੁਸੀਂ ਹੁਣ ਇੱਥੇ ਹੋਰ ਦੱਸੋ, ਮੈਂ ਤੁਹਾਨੂੰ ਦੱਸਦਾ ਕਿ ਫਿਰੋਜ਼ਪੁਰ ਦੇ ਵਿੱਚ ਸਾਡੇ ਪੰਜਾਬ 'ਚ ਇੱਕ ਮੁਟਿਆਰ ਕੁੜੀ ਨੂੰ ਫੋਨ ਆ ਗਿਆ ਫਰੌਤੀ ਦਾ, 16 ਸਾਲ ਦੀ ਕੁੜੀ, ਦੱਸੋ ਆਮ ਘਰ ਦੀ, 6-7 ਕਿੱਲੇ ਪਹਿਲੀ ਮੈਨੂੰ ਦੱਸਿਆ ਉਹਨਾਂ ਨੇ। ਉਹ ਮੈਂ ਆਖਿਆ ਪੈਸੇ ਪੁਸੇ ਇੱਦਾਂ ਦੇ ਯਾਰ, ਕੋਈ ਬਦਮਾਸ਼ਾਂ ਦੇ ਵੀ ਕੋਈ ਸੂਲ ਹੁੰਦੇ ਆ ਯਾਰ। ਕੋਈ ਵਿਚਾਰੀ ਮੁਟਿਆਰ ਕੁੜੀ ਨਾ ਉਹ ਨੌਕਰੀ ਕਰਦੀ ਹੈ, ਨਾ ਲੈਣਾ ਨਾ ਦੇਣਾ, ਉਹ ਕਿਤੋਂ ਨੰਬਰ ਚੱਕਿਆ। ਮਤਲਬ ਕਿ ਇਸ ਤਰ੍ਹਾਂ ਦਾ ਵੀ ਸਿਲਸਿਲਾ ਜਿਹੜਾ ਉਹ ਇੱਥੇ ਚੱਲਦਾ ਪਿਆ, ਤੇ ਬਹੁਤ ਬੁਰਾ ਹਾਲ ਹੋਇਆ ਪਿਆ। ਤੁਹਾਡੇ ਕੈਨੇਡਾ ਦੀਆਂ ਵੀ ਮੈਂ ਬਹੁਤ ਖਬਰਾਂ ਇੱਧਰ ਸਰੀ ਸੁਰੀ ਨੂੰ ਸੁਣੀਆਂ ਕਿ ਬਹੁਤ ਉੱਥੇ ਵੀ ਇਸ ਤਰ੍ਹਾਂ ਦੀਆਂ ਚਿੱਠੀਆਂ ਆਈਆਂ ਜਾਂ ਇਸ ਤਰ੍ਹਾਂ ਦੀਆਂ ਧਮਕੀਆਂ। ਸਾਡੇ ਬ੍ਰੈਂਪਟਨ, ਮਾਲਟਨ, ਮਿਸੀਸਾਗਾ, ਓਨਟੇਰੀਓ, ਜੀਟੀਏ ਜਿਹਨੂੰ ਅਸੀਂ ਕਹਿੰਦੇ ਹਾਂ, ਵੈਨਕੂਵਰ, ਅਲਬਰਟਾ, ਕੈਲਗਰੀ, ਨੋਵਾ ਸਕੋਸ਼ੀਆ, ਸਾਰੇ ਪਾਸੇ ਹੀ ਆ ਭਾਜੀ, ਸਾਰੇ ਪਾਸੇ ਹੀ ਆ। ਬੜੇ ਫੋਨ ਆਉਂਦੇ ਨੇ, ਪਰ ਕੀ ਹਰ ਖਬਰ ਕਿਸੇ ਵੇਲੇ ਨਹੀਂ ਵੀ ਛਾਇਆ ਕੀਤੀ ਜਾ ਸਕਦੀ? ਘਰਾਂ ਦੇ ਨਾਮ ਕਿਸੇ ਵੇਲੇ ਵਪਾਰੀ ਸੱਜਣਾਂ ਦੇ ਨਾਮ ਨਹੀਂ ਲਿਆ ਜਾ ਸਕਦੇ? ਵਿਚਾਰਿਆਂ ਨੇ ਕਿਵੇਂ ਵਪਾਰ ਆਪਣੇ ਅਦਾਰੇ ਖੜੇ ਕੀਤੇ ਨੇ, ਕਿਤੇ ਪੁੱਛ ਕੇ ਤੇ ਵੇਖੋ ਉਹਨਾਂ ਕੋਲੋਂ ਵੀ ਤੁਹਾਡੇ ਸਿਰ 'ਤੇ ਕਰਜ਼ਾ ਕਿੰਨਾ ਗਾ, ਆਹ 2 ਗਰੋਸਰੀ ਸਟੋਰ ਚੁੱਕੀ ਫਿਰਦੇ ਹੋ, ਕਿੰਨਾ ਕੁ ਸਿਰ 'ਤੇ, ਕਿੰਨੀ ਕੁ ਤੁਹਾਡੀ ਕਰਜ਼ਦਾਰ ਹੋ ਤੁਸੀਂ, ਆ ਘਰ ਬਣਾਇਆ ਕਿੰਨੀ ਮੌੜਗੀ ਦੇਣ ਵਾਲੀ ਕਿਤੇ, ਹੈ ਨਾ? ਉਹਨਾਂ ਦੇ ਬੈਂਕ ਅਕਾਊਂਟ ਚੈੱਕ ਕਰ ਲਓ ਜਿੰਨੇ ਤੁਸੀਂ ਪੈਸੇ ਮੰਗੇ, ਕਿਤੇ ਉਹਨਾਂ ਨੇ ਵੇਖੇ ਵੀ ਆ ਉਹਨੇ ਬੈਂਕ ਦੇ ਵਿੱਚ, ਸੱਚ ਕਹਿੰਦਾ ਮੈਂ। ਪਰ ਚਲੋ ਐਨੀਵੇ, 9058131320। ਹਾਂਜੀ ਜੀ ਮਿੰਟੂ ਜੀ, ਕੇਜਰੀਵਾਲ ਜੀ ਹਮੇਸ਼ਾ ਹੀ ਸੁਰਖੀਆਂ ਦੇ ਵਿੱਚ ਰਹਿੰਦੇ ਨੇ, ਕਦੀ ਕਿਸੇ ਹੋਰ ਪੱਖ ਤੇ। ਹੁਣ ਜਿਹੜੀ ਕੇਜਰੀਵਾਲ ਨੇ ਕਿਹਾ ਕਿ ਹੁਣ ਆਪਣੇ ਆਪ ਨੂੰ ਕਿਹਾ ਕਿ ਇਕੱਲੇ ਮੈਂ ਲੜਨ ਦੀ ਤਿਆਰੀ ਕਰ ਰਿਹਾ, ਉਹਨਾਂ ਨੇ ਹਰੀ ਝੰਡੀ ਦੇ ਦਿੱਤੀ। ਕੀ ਕਹਿਣਾ ਚਾਹੋਗੇ ਮਿੰਟੂ ਜੀ? ਬੜਾ ਵੱਡਾ ਬਿਆਨ ਆ ਜੀ। ਨਹੀਂ ਦੇਖੋ, ਇਹ ਹਾਲੇ ਬਿਆਨ ਨਹੀਂ ਹੈ, ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਦਾਵਾ ਲਿਖਿਆ ਕਿ ਅੰਦਰ ਖਤ, ਕਿਉਂਕਿ ਮੀਟਿੰਗ ਹੋਈ ਸੀ ਇਹਨਾਂ ਦੀ ਬੀਤੇ ਦਿਨੀ, ਤੇ ਉੱਥੇ ਆਪਾਂ ਇਕੱਲੇ ਹੀ ਲੜਾਂਗੇ, ਮਤਲਬ ਕਿ ਤੈਅ ਆ। ਤਾਂ ਹੁਣ ਜਿਹੜੀ ਹੁਣ ਇੰਡੀਆ ਗੱਠਜੋੜ ਦੀ ਜਿਹੜੀ ਅਗਲੀ ਮੀਟਿੰਗ ਹੋਏਗੀ, ਉਸ ਮੀਟਿੰਗ ਦੇ ਵਿੱਚ ਇਹ ਆਪਣਾ ਫੈਸਲਾ ਸੁਣਾ ਕੇ ਤੇ ਮੁੜ ਕੇ ਜਨਤਕ ਕਰ ਦੇਣਗੇ, ਇਹ ਅਖਬਾਰ ਕਹਿੰਦਾ। ਅੱਛਾ, ਪਰ ਮੈਂ ਤੇ ਵਾਰ ਵਾਰ ਕਹਿੰਦਾ ਕਿ ਦੇਖੋ, ਕਾਂਗਰਸ ਦਾ ਇਕੱਲਾ ਬਲੌਕ ਹੀ ਨਹੀਂ ਇੱਕ ਜਿਹੜਾ ਗੱਠਜੋੜ ਦੇ ਵਿਰੋਧ ਦੇ ਵਿੱਚ ਆ, ਬਲਕਿ ਮੈਂ ਦਾਅਵੇ ਨਾਲ ਕਹਿੰਦਾ ਕਿ ਭਗਵੰਤ ਮਾਨ ਵੀ ਢਿੱਡੋਂ ਰਾਜੀ ਨਹੀਂ ਹੈ। ਭਗਵੰਤ ਮਾਨ ਦੇਖਦੇ ਆ ਕਿ ਪੂਰਾ ਚੰਗਾ ਠੋਕਵਾਂ ਅਸੀਂ ਪਰਫਾਰਮ ਕਰ ਦੇਵਾਂਗੇ ਨਾ, ਤੇ ਕੇਂਦਰ ਦੇ ਵਿੱਚ ਆਪਣਾ ਬੰਦਾ ਹੋਏਗਾ ਯਾਰ, ਆਪਣਾ ਬੰਦਾ ਹੋਏਗਾ, ਕੱਲ ਨੂੰ ਮੈਨੂੰ ਵੀ ਜਾਣਾ ਪੈ ਸਕਦਾ, ਕੌਮੀ ਨੇਤਾ ਬਣ ਸਕਦਾ ਮੈਂ। ਤਾਂ ਜੇ ਇੱਥੇ ਗੱਠਜੋੜ ਕਰਦੇ ਆ ਤਾਂ ਮਿੱਟੀ ਹੋ ਜਾਏਗਾ ਕੰਮ, ਲੋਕਾਂ ਨੇ ਬੇਰਾਂ ਵੱਟੇ ਨਹੀਂ ਪੁੱਛਣਾ। ਸੋ ਇਹ ਭਗਵੰਤ ਮਾਨ ਦੇ ਵੀ ਅੰਦਰ ਦੀ ਢਿੱਡ ਦੀ ਗੱਲ ਸੀਗੀ, ਤੇ ਭਗਵੰਤ ਮਾਨ ਵਾਰ 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 ਨਿਸ਼ਾਨੇ ਲਾਉਂਦੇ ਰਹੇ ਨੇ, ਵਾਰ 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 13-13 ਦੀ ਗੱਲ ਕਰਦੇ ਰਹੇ, 13-0 ਤੇ ਆ ਗਏ ਹੋ, ਤਾਂ ਉਹਨਾਂ ਨੂੰ ਤਾਂ ਸ਼ਾਇਦ 13-0 ਇੱਕ ਤਰ੍ਹਾਂ ਨਾਲ ਕਹਿ ਲਓ ਕਿ ਕੰਧ ਤੇ ਲਿਖਿਆ ਵਿਖਾਈ ਦਿੰਦਾ ਕਿ ਮੈਂ 13-0 ਨਾਲ ਜਿੱਤ ਲੈਣਾ ਪੰਜਾਬ। ਤਾਂ ਇੱਧਰੋਂ ਕਾਂਗਰਸੀਆਂ ਦਾ ਵੀ ਹਾਲ ਕੁਛ ਇਸੇ ਤਰ੍ਹਾਂ ਦਾ, ਕੁਛ ਕਾਂਗਰਸੀ ਇਹ ਸੋਚ ਕੇ ਚੱਲਦੇ ਆ, ਉਹਦੇ 'ਚ ਨਵਜੋਤ ਸਿੰਘ ਸਿੱਧੂ ਵੀ ਆ, ਕਿ ਇਹਨਾਂ ਤੋਂ ਬਗੈਰ ਪਾਰ ਨਹੀਂ, ਉਹਨਾਂ ਲਗਾਤਾਰ ਦੂਜੀ ਵਾਰ ਵੀ ਹਾਰ ਕੇ ਮਤਲਬ ਕਿ ਪਿਛਾਂ ਚਲੇ ਜਾਵਾਂਗੇ, ਅਕਾਲੀ ਰਿਵਾਈਵ ਹੋ ਜਾਣਗੇ।
ਸਾਨੂੰ ਕਿਸੇ ਨੇ ਪੁੱਛਣਾ ਨਹੀਂ ਤਾਂ ਨਵਜੋਤ ਸਿੰਘ ਸਿੱਧੂ ਵਰਗੇ ਡਰਦੇ ਆ ਬਾਹਰੋਂ ਜੋ ਮਰਜ਼ੀ ਵੜਕਾ ਮਾਰੀ ਜਾਣ ਮੈਸੂਰ ਆਪਾਂ ਗੱਲ ਸਿੱਧੀ ਕਹਿੰਦੇ ਹੁੰਦੇ ਹਾਂ ਬਾਹਰੋਂ ਜੋ ਮਰਜ਼ੀ ਸਾਡੇ ਨਾਲ ਗੱਲਾਂ ਬਾਤਾਂ ਹੁੰਦੀਆਂ ਰਹਿੰਦੀਆਂ ਆਫ ਦੀ ਰਿਕਾਰਡ ਕੁਛ ਲੀਡਰਾਂ ਦੀਆਂ ਉਹ ਬਾਹਰੋਂ ਜੋ ਮਰਜ਼ੀ ਕਹੀ ਜਾਣ ਪਰ ਇੱਕ ਕਾਂਗਰਸ ਦੇ ਅੰਦਰ ਧੜਾ ਜਿਹੜਾ ਅੰਦਰੋਂ ਕੰਬਦਾ ਕਿ ਬਾਈ ਆਮ ਆਦਮੀ ਪਾਰਟੀ ਨਾਲ ਜਾਵਾਂਗੇ ਤਾਂ 13 ਦੀਆਂ 13 ਜਿੱਤ ਜਾਵਾਂਗੇ ਕੋਟੇ ਚ 5 ਆਉਣ 7 ਆਉਣ ਤਾਂ ਜੇਤੂ ਗਿਣੇ ਜਾਵਾਂਗੇ ਪਰ ਦੂਸਰੇ ਪਾਸੇ ਜਿਹੜੇ ਹੈਗੇ ਨੇ ਮਤਲਬ ਕਿ ਆਮ ਆਦਮੀ ਪਾਰਟੀ ਵਾਲੇ ਉਹ ਕਹਿੰਦੇ ਕਿ ਬਈ ਗੱਲ ਇਹ ਆ ਕਿ ਜਿਹਨਾਂ ਨਾਲ ਜਾਵਾਂਗੇ ਆਪਾਂ ਤਾਂ 13 ਉਦਾਂ ਹੀ ਜਿੱਤੇ ਪਏ ਇਸ ਕਰਕੇ ਇਹਨਾਂ ਦੀ ਵੀ ਸੋਚ ਇਸ ਤਰ੍ਹਾਂ ਦੀ ਆ ਤਾਂ ਕੁੱਲ ਮਿਲਾ ਕੇ ਕੇਜਰੀਵਾਲ ਬਾਰੇ ਜਿਹੜਾ ਦਾਵਾ ਮੈਂ ਤਕਰੀਬਨ ਸਹਿਮਤ ਹਾਂ ਉਸ ਨਾਲ ਕਾਂਗਰਸ ਨੇ ਵੀ ਕਮੇਟੀਆਂ ਦਾ ਐਲਾਨ ਕਰ ਦਿੱਤਾ ਨਾ ਕਮੇਟੀਆਂ ਬਣਾ ਦਿੱਤੀਆਂ ਨੇ 9058131320 ਅਗਲਾ ਕੁਐਸਚਨ ਹੈ ਥੋੜ੍ਹਾ ਡਿਟੇਲ ਦੇ ਵਿੱਚ ਹੋਣਾ ਪਰੰਤੂ ਉਹ ਅੰਜੂ ਜੀ ਹੀ ਮੇਰੇ ਖਿਆਲ ਦੇ ਵਿੱਚ ਤੁਹਾਡੇ ਕੋਲੋਂ ਜਾਣਨਾ ਚਾਹੁੰਦੇ ਨੇ ਜੀ ਯੂਨਾਈਟਿਡ ਨੇਸ਼ਨਸ ਦੇ ਵਿੱਚ ਐਲਨ ਮਸਕ ਨੇ ਭਾਰਤ ਦੀ ਸੀਟ ਦੀ ਵਕਾਲਤ ਕੀਤੀ ਹੈ ਹੁਣ ਭਾਰਤ ਦੀ ਪੋਜੀਸ਼ਨ ਐਂਡ ਯੂਨਾਈਟਿਡ ਨੇਸ਼ਨਸ ਐਂਡ ਐਲਨ ਮਸਕ ਦੀ ਵਕਾਲਤ ਕਾਫੀ ਜ਼ਿਆਦਾ ਛਵੀ ਜਿਹੜੀ ਹੈ ਕਿ ਭਾਰਤ ਦੀ ਉਭਾਰ ਕੇ ਲੈ ਕੇ ਆਉਂਦੀ ਕੀ ਕਹਿਣਾ ਚਾਹੋਗੇ ਦੇਖੋ ਐਲਨ ਮਸਕ ਨਹੀਂ ਮੈਂ ਇਹਨੂੰ ਮਸਕਾ ਕਹਿਣਾ ਹੁੰਦਾ ਇਹ ਐਲਨ ਮਸਕਾ ਹੈ ਇਹ ਮਸਕਾ ਲਾਉਂਦਾ ਹੈ ਦੇਖੋ ਇਹਦੇ ਕਾਰੋਬਾਰ ਚਾਈਨਾ ਚ ਵੀ ਹੈ ਜਿਸਨੇ ਜਾ ਕੇ ਸਮਾਨ ਵੇਚਣਾ ਤੇ ਸਮਾਨ ਵੇਚਣਾ ਜਿਹੜੇ ਪਿੰਡ ਦੇ ਵਿੱਚ ਉਹ ਪਹਿਲਾਂ ਹੀ ਜਾ ਕੇ ਉੱਥੇ ਕਹਿਣ ਲੱਗ ਪਿਆ ਯਾਰ ਤੁਹਾਡਾ ਪਿੰਡ ਬੜਾ ਸੋਹਣਾ ਹੈ ਕਿਆ ਬਾਤਾਂ ਨੇ ਯਾਰ ਗਲੀਆਂ ਨਾਲੀਆਂ ਹੈ ਕਿਆ ਹੀ ਬਾਤਾਂ ਨੇ ਲੋਕ ਬੜੇ ਚੰਗੇ ਨੇ ਉਰੇ ਦੇ ਯਾਰ ਤੇ ਹਨਾ ਤੇ ਉਹ ਜਿਹੜੇ ਵਡਿਆਈ ਕਿਹਨੂੰ ਚੰਗੀ ਨੀ ਲੱਗਦੀ ਪੰਜਾਬੀ ਜਾਂ ਆਪਣੇ ਇੰਡੀਅਨ ਲੋਕ ਨੇ ਖਾਸ ਤੌਰ ਤੇ ਇਹ ਵਡਿਆਈ ਆਪਣੀ ਸੁਣਨਾ ਲੋਚਦੇ ਬੁਰਾਈ ਕਿਸੇ ਦੀ ਇਹ ਕਮਜ਼ੋਰੀ ਹੈ ਸਾਡੀ ਤਾਂ ਖੈਰ ਐਲਨ ਮਸਕ ਨੇ ਵੈਸੇ ਤਾਂ ਦੇਖੋ ਇੰਡੀਆ ਦੇ ਮੈਨੂੰ ਤੇ ਲੱਗਦਾ ਕਿ ਇਸ ਟਾਈਮ ਜਿਸ ਤਰ੍ਹਾਂ ਦੀ ਪੋਜੀਸ਼ਨ ਹੈਗੀ ਆ ਜਿਸ ਤਰ੍ਹਾਂ ਦੁਨੀਆਂ ਦਾ ਸਭ ਤੋਂ ਵੱਡੀ ਵਸੋਂ ਵਾਲਾ ਦੇਸ਼ ਮਿਲਟਰੀ ਵੀ ਜੇ ਤੁਸੀਂ ਦੇਖੋਗੇ ਤਾਂ ਇੱਕ ਪਾਵਰ ਹੈ ਟੌਪ ਦੇ 5-7 ਦੇਸ਼ਾਂ ਦੇ ਵਿੱਚੋਂ ਜੇ ਆਪਾਂ ਮਿਲਟਰੀ ਦੇਖੀਏ ਇਕਨੋਮੀ ਦੇ ਪੱਖ ਤੋਂ ਦੇਖੋ ਟੌਪ ਦੀਆਂ 5 ਇਕਨੋਮੀਆਂ ਚ ਹੈਗਾ ਪੰਜਵੀਂ ਤਾਂ ਫਿਰ ਕੋਈ ਵੀ ਮੈਨੂੰ ਨੀ ਲੱਗਦਾ ਕਿ ਕੋਈ ਵੀ ਐਸੀ ਸ਼ਰਤ ਹੈਗੀ ਆ ਜਿਹੜੀ ਹੁਣ ਢੁਕਵੀਂ ਨਾ ਹੋਵੇ ਕਿ ਪੂਰੀ ਨੀ ਹੁੰਦੀ ਸੋ ਇਸ ਕਰਕੇ ਐਲਨ ਮਸਕ ਨੇ ਫਿਰ ਆਪਦਾ ਤੀਰ ਛੱਡ ਦਿੱਤਾ ਕਿਉਂਕਿ ਮੈਂ ਤੁਹਾਨੂੰ ਇਹ ਵੀ ਕਾਰਨ ਦੱਸ ਦਿੰਦਾ ਸਾਡੇ ਇੱਥੇ ਜਿਹੜੀ ਸਮੱਸਿਆ ਹੁੰਦੀ ਹੈ ਨਾ ਉਹ ਹੁੰਦੀ ਹੈ ਇੱਕ ਬੋਲਦੇ ਆ ਉਹਨੂੰ ਸਪੈਕਟ੍ਰਮ ਟੈਲੀਕਾਮ ਸੈਕਟਰ ਚ ਜੇ ਤੁਸੀਂ ਦੇਖੋਗੇ ਨਾ ਤਾਂ ਬਹੁਤ ਘੱਟ ਕੰਪਨੀਆਂ ਰਹਿ ਗਈਆਂ ਸਿਰਫ ਇੱਕ ਤੇ ਅੰਬਾਨੀ ਜੀ ਹੈ ਇੱਕ ਸਾਡੇ ਮਿੱਤਲ ਸਾਹਿਬ ਪੰਜਾਬ ਵਾਲੇ ਭਾਰਤੀ ਏਅਰਟੈਲ ਇਹ ਦੋ ਵੱਡੇ ਪਲੇਅਰ ਹੈ ਉਹਦੇ ਚ ਕੀ ਹੈ ਕਿ ਸਭ ਤੋਂ ਵੱਡੀ ਇੱਥੇ ਸਮੱਸਿਆ ਹੁੰਦੀ ਹੈ ਸਪੈਕਟ੍ਰਮ ਹਾਸਲ ਕਰਨਾ ਸਪੈਕਟ੍ਰਮ ਬਹੁਤ ਉੱਚੀ ਬੋਲੀ ਤੇ ਜਾਂਦਾ ਹੈ ਕਈ ਲੱਖ ਕਰੋੜ ਦੇ ਸਪੈਕਟ੍ਰਮ ਹੁੰਦੇ ਆ ਜਿਵੇਂ 5G ਇੱਥੇ ਲਾਂਚ ਹੋਇਆ ਬੜੀ ਵੱਡੀ ਕਮਾਈ ਹੁੰਦੀ ਹੈ ਸਰਕਾਰ ਦੀ ਤਾਂ ਇਹ ਚਾਚਾ ਮਸਕ ਨੇ ਆਉਣਾ ਉਰੇ ਇਹਦਾ ਸਟਾਰਲਿੰਕ ਉਹਨਾਂ ਨੇ ਨਵਾਂ ਟੈਲੀਕਾਮ ਜਿਹੜਾ ਲਿਆਂਦਾ ਕਾਨੂੰਨ ਆ ਪਿੱਛੇ ਜੇ ਉਹਨਾਂ ਨੇ ਉਹ ਚੱਕ ਦਿੱਤਾ ਸਪੈਕਟ੍ਰਮ ਵਾਲੀ ਸ਼ਰਤ ਹਟਾ ਦਿੱਤੀ ਹੈ ਯਾਨੀ ਇਹ ਸਪੈਕਟ੍ਰਮ ਤੋਂ ਬਗੈਰ ਵੀ ਸਿੱਧਾ ਜਿਹੜਾ ਉਹ ਕਹਿੰਦੇ ਨਾ ਸੈਟੇਲਾਈਟ ਦੇ ਥਰੂ ਮੈਂ ਤੁਹਾਨੂੰ ਦੇਊਂਗਾ ਜੀ ਸਟਾਰਲਿੰਕ ਜਿੱਥੇ ਮਰਜ਼ੀ ਸਮੁੰਦਰ ਚ ਵੜ ਜਾਓ ਅਸਮਾਨ ਤੇ ਚੜ ਜਾਓ ਤੁਹਾਡਾ ਟੈਲੀਫੋਨ ਬੰਦ ਨਹੀਂ ਹੋਣਾ ਵੀ ਉਹ ਉਹਦੇ ਵਾਸਤੇ ਇੱਕ ਰਸਤਾ ਖੁੱਲ ਗਿਆ ਉਹਦੇ ਵਾਸਤੇ ਇੱਕ ਰਸਤਾ ਖੁੱਲ ਗਿਆ ਸੋ ਸਟਾਰਲਿੰਕ ਜਿਹੜਾ ਹੈ ਉਹ ਇੰਡੀਆ ਚ ਲਾਂਚ ਹੋ ਜਾਏਗਾ ਛੇਤੀ ਤਾਂ ਜਦੋਂ ਹੁਣ ਇੱਧਰੋਂ ਬਈ ਉਹਨਾਂ ਨੇ ਉਹ ਜਿਵੇਂ ਬਿੰਦਰ ਖੀਰ ਨੇ ਨਾ ਇੱਕ ਗੀਤ ਗਾਇਆ ਸੀ ਇੱਧਰੋਂ ਰੁਮਾਲ ਹਿੱਲਿਆ ਤੇਰੀ ਉੱਧਰੋਂ ਢਿੱਲੀ ਫੁਲਕਾਰੀ ਤਾਂ ਇੱਧਰੋਂ ਰੁਮਾਲ ਹਿੱਲਿਆ ਤੇ ਉੱਧਰੋਂ ਫਿਰ ਫੁਲਕਾਰੀ ਲੱਗੀਆਂ ਬਸ ਜੀ ਬਸ ਮਿੰਟੂ ਜੀ ਆਪਾਂ ਗੱਲ ਕਰਦੇ ਪਏ ਸਾਂ ਕਿ ਆਮ ਆਦਮੀ ਪਾਰਟੀ ਦੇ ਕੇਜਰੀਵਾਲ ਹੁਣਾਂ ਨੇ ਜਿਹੜੀ ਡਿਸਕਸ ਪਾਰਟੀ 'ਚ ਕੀਤੀ ਮੀਟਿੰਗ 13 ਦੇ 13 ਭਾਜਪਾ 13 ਦੇ 13 ਆ ਕਾਂਗਰਸੀ ਇਹ ਜੇਕਰ ਨਹੀਂ ਕਿਸੇ ਨਾਲ ਸਮਝੌਤਾ ਕਰਦੇ ਤਾਂ ਆਪਸ ਵਿੱਚ ਹੀ ਕਿਤੇ ਸੌਂਹ ਖਾ ਲੈਣ ਵੀ ਇਸ ਵਾਰੀ ਅਸੀਂ ਇਕੱਠਿਆਂ ਨੇ ਲੜਨੀਆਂ ਨੇ ਫਿਰ ਵੀ ਕੁਝ ਨਾ ਕੁਝ ਪੁੱਛ ਗਿੱਛ ਹੋ ਜਾਣੇ ਤਾਂ ਇਹ ਤਾਂ ਉਹ ਪੰਸੇਰੀ ਦੇ ਡੱਡੂ ਦੇ ਮਤਲਬ
ਛਟੱਪੇ ਕਦੇ ਇੱਧਰ ਕਦੇ ਕਦੇ ਕਿਸੇ ਦੇ ਉੱਧਰ ਕਿਸੇ ਦੇ ਉੱਧਰ ਕਿਸੇ ਦੇ ਉੱਧਰ ਇਹਨਾਂ ਨੇ ਕੀ ਮਤਲਬ ਗੁੱਲ ਖਲੋਣਾ। ਪਰ ਵੜਿੰਗ ਸਾਹਿਬ ਬਾਰੇ ਜਿਹੜੀ ਖਬਰ ਮੈਂ ਪੜ੍ਹ ਰਿਹਾ ਸੀਗਾ ਕਿ ਆਪਦੇ ਸਾਥੀਆਂ ਨੂੰ ਚੇਤਾਵਨੀ ਦਿੱਤੀ ਹੈ, ਕੀ ਕਿਹਾ? ਪੰਸੇਰੀ ਛੱਡੋ, 50 ਸੇਰ ਵੀ ਡੱਡੂ ਇਕੱਠੇ ਹੋ ਸਕਦੇ ਆ, ਪਰ ਕਾਂਗਰਸੀ ਨਹੀਂ ਕਦੇ ਇਕੱਠੇ ਹੋ ਸਕਦੇ। ਬਿਲਕੁਲ ਸਹੀ ਕਿਹਾ, ਕਿਉਂਕਿ ਇਹ 5-7 ਈਗੋਇਸਟਿਕ ਬੰਦੇ ਜਿਹੜੇ ਆ। ਨਹੀਂ ਨਹੀਂ, ਇੱਕ ਗੱਲ ਹੋਰ ਆ, ਇਹਨਾਂ ਦੀ ਯਾਰੀ ਕਿਹਨਾਂ ਨਾਲ ਸੀਗੀ? ਪਾੜੋ ਤੇ ਰਾਜ ਕਰੋ ਵਾਲਿਆਂ ਨਾਲ ਯਾਰੀਆਂ ਤੇ ਨਹਿਰੂ ਸਾਹਿਬ ਦੀਆਂ ਉਹਨਾਂ ਦੇ ਨਾਲ ਸੀ ਨਾ, ਇਕੱਠੇ ਖਾਂਦੇ ਪੀਂਦੇ ਸੀ, ਫਿਰ ਇਹੋ ਤੇ ਫਿਰ ਪਾਰਟੀ ਦੇ ਵਿੱਚ ਸਾਰਾ ਕੁਝ ਤੇ ਹੀ ਹੋਣਾ ਸ਼ੁਰੂ ਤੋਂ ਲੈ ਕੇ ਐਂਡ ਤੱਕ। ਇਹਨਾਂ ਦਾ ਹਾਲ ਇਸ ਵੇਲੇ ਮਤਲਬ ਕਿ ਇਹ ਆ ਕਿ ਇਹ ਬੀਤੇ ਤੋਂ ਸਬਕ ਵੀ ਨਹੀਂ ਲੈ ਰਹੇ। ਹਾਂ, ਇਹ ਸਾਰਿਆਂ 'ਚ ਥੋੜੇ ਥੋੜੇ ਨੁਕਸ ਹੈਗੇ ਆ ਇਹਨਾਂ 'ਚ। ਤਾਂ ਹੁਣ ਰਾਜਾ ਵੜਿੰਗ ਕੱਲ੍ਹ ਪਟਿਆਲੇ ਸਨ, ਹਿਸਾਬ ਲਾ ਲਓ ਤੁਸੀਂ ਕਿ ਪਟਿਆਲਾ ਸ਼ਹਿਰ ਆ, ਉਹਨਾਂ ਨੇ ਉੱਥੇ ਐਲਾਨੀਆਂ ਕਹਿ ਦਿੱਤਾ ਕਿ ਪ੍ਰਨੀਤ ਕੌਰ ਤੇ ਬਈ ਸਾਡੀ ਉਮੀਦਵਾਰ ਨਹੀਂ ਹੋਏਗੀ, ਇਹ ਤਾਂ ਲਿਖ ਲਓ। ਯਾਨੀ ਫਿਰ ਜੇ ਦਾਅਵੇਦਾਰੀ ਆਪਾਂ ਜੇ ਵੇਖੀਏ, ਕਿਉਂਕਿ ਬੀਬੀ ਸਿੱਧੂ ਦੀ ਦਾਅਵੇਦਾਰੀ ਵੇਖੀ ਜਾ ਰਹੀ ਸੀਗੀ, ਪਰ ਬੀਬੀ ਸਿੱਧੂ ਬਾਰੇ ਕੱਲ ਕਿ ਪਰਸੋਂ ਸਿੱਧੂ ਸਾਹਿਬ ਨੇ ਕਰ ਦਿੱਤਾ ਸੀਗਾ ਸਪਸ਼ਟ ਕਿ ਬਈ ਬੀਬੀ ਨੋਨੀ ਤੇ ਜਿਹੜੀ ਆ ਬਿਮਾਰ ਆ, ਹਾਲੇ ਕੈਂਸਰ ਹੈ ਨਾ ਉਹਨੂੰ, ਵੀ ਉਹ ਹਾਲ ਦੀ ਘੜੀ ਸਾਡਾ ਜਿਹੜਾ ਤਰਜੀਹੀ ਮਾਮਲਾ ਹੈ, ਉਹ ਤਰਜੀਹੀ ਮਾਮਲਾ ਸਾਡਾ ਜਿਹੜਾ ਉਹ ਇਲਾਜ ਆ ਸਭ ਤੋਂ ਪਹਿਲਾਂ। ਚਲੋ ਅਗਲੇ ਨੇ ਫੈਮਿਲੀ ਦੇਖਣੀ ਹੈ, ਸਿਹਤ ਦੇਖਣੀ ਹੈ, ਠੀਕ ਆ। ਹੁਣ ਕੱਲ ਵੇਖੋ ਕਿ ਪਟਿਆਲਾ ਇਹਨਾਂ ਦਾ ਜੱਦੀ ਸ਼ਹਿਰ ਆ ਸਿੱਧੂ ਸਾਹਿਬ ਦਾ, ਪਟਿਆਲੇ 'ਚ ਇਹਨਾਂ ਨੇ ਰਿਹਾਇਸ਼ ਕਰ ਲਈ ਸੀ, ਤੁਹਾਨੂੰ ਯਾਦ ਹੋਣਾ, ਅੰਮ੍ਰਿਤਸਰ ਤੋਂ ਇਲਾਵਾ ਜਿਹੜੀ ਦੂਸਰੀ ਰਿਹਾਇਸ਼ ਹੈ ਜਿੱਥੇ ਜ਼ਿਆਦਾ ਰਹਿੰਦੇ ਅੱਜ ਕੱਲ੍ਹ, ਉਹ ਸਿੱਧੂ ਸਾਹਿਬ ਪਟਿਆਲੇ ਰਹੇ, ਪਟਿਆਲੇ ਉੱਥੇ ਨੇ। ਤੇ ਬਾਵਜੂਦ ਇਸ ਤੇ ਸਿੱਧੂ ਸਾਹਿਬ ਜਾਂ ਸਿੱਧੂ ਸਾਹਿਬ ਦਾ ਕੋਈ ਨੇੜਲਾ ਵੀ ਉੱਥੇ ਬੰਦਾ ਨਹੀਂ ਪਹੁੰਚਿਆ ਮੰਚ। ਤੁਹਾਡਾ ਪੰਜਾਬ ਮਾਮਲਿਆਂ ਦਾ ਇੰਚਾਰਜ ਬੈਠਾ ਹੋਵੇ, ਪੰਜਾਬ ਦਾ ਪ੍ਰਧਾਨ ਬੈਠਾ ਹੋਵੇ, ਚਲੋ ਮਤਭੇਦ ਹੁੰਦੇ ਨੇ, ਮਤਭੇਦ ਮੈਂ ਅਕਾਲੀਆਂ 'ਚ ਵੀ ਵੇਖਿਆ, ਇਹ ਅਕਾਲੀ ਬਥੇਰਾ ਕੁਛ ਇੱਕ ਦੂਜੇ ਦਾ ਪਰਦੇ ਪਿੱਛੇ ਕਰਦੇ ਹੁੰਦੇ ਸੀਗੇ, ਪਰ ਜਦੋਂ ਕੋਈ ਮੰਚ ਸੱਜਣਾ, ਇੱਕ ਤੇ ਇਹ ਸੀ ਕਿ ਜਨਤਕ ਬਿਆਨਬਾਜ਼ੀ ਨਹੀਂ ਸੀ ਕਰਦੇ, ਡਰਦੇ ਸੋ ਫਿਰ। ਦੂਜਾ ਕਿ ਜਦੋਂ ਕਿਤੇ ਇਕੱਠਾ ਪ੍ਰੋਗਰਾਮ ਹੋਣਾ, ਸਾਰਿਆਂ ਨੇ ਕੁਰਸੀ ਤੇ ਇੱਕੋ ਲਾਈਨ 'ਚ ਬੈਠ ਜਾਣਾ। ਇਹ ਚੀਜ਼ ਤੁਸੀਂ ਆਮ ਆਦਮੀ ਪਾਰਟੀ ਵਾਲਿਆਂ ਤੋਂ ਵੀ ਦੇਖੋਗੇ, ਆਮ ਆਦਮੀ ਪਾਰਟੀ ਵਾਲੇ ਬਥੇਰਾ ਕੁਛ ਆਫ ਦੀ ਰਿਕਾਰਡ ਦੱਸ ਦੇਣਗੇ, ਅੰਦਰੋਂ ਅੰਦਰ ਕਲਪਣਗੇ, ਪਰ ਬਾਹਰ ਆ ਕੇ ਕੋਈ ਰੌਲਾ ਨਹੀਂ ਪਾਏ। ਉਹ ਕਹਿਣਗੇ ਇਨਕਲਾਬ ਹੈ ਵੀਰੇ, ਇਨਕਲਾਬ ਹੈ, ਤੈਨੂੰ ਦੀਦਾ ਨਹੀਂ ਹੈ, ਦੀਦਾ ਨਹੀਂ ਹੈ, ਇਨਕਲਾਬ ਆ ਚੁੱਕਾ। ਸੋ ਕਹਿਣ ਦਾ ਮਤਲਬ ਇਹ ਕਿ ਇਹਨਾਂ ਦਾ ਕੰਮ ਉਲਟਿਆ, ਇਹਨਾਂ ਦਾ ਕੰਮ ਉਲਟਿਆ, ਇਹਨਾਂ ਨੇ ਛੇਤਰੋ ਛੇਤਰੀ ਹੋਣਾ ਹੁੰਦਾ ਉਹ ਵੀ ਸੜਕ ਤੇ ਆ ਕੇ। ਇਸ ਕਰਕੇ ਇਹ ਕਹਾਣੀ ਇਹਨਾਂ ਦੀ ਖਰਾਬ ਹੀ ਆ। ਬਾਕੀ ਵੇਖੋ, ਕੋਈ ਗੱਲ ਸੰਭਲ ਜਾਵੇ ਤਾਂ ਸੰਭਲ ਜਾਵੇ, ਪੰਜਾਬ ਮਾਮਲਿਆਂ ਦਾ ਜਿਹੜਾ ਨਵਾਂ ਇੰਚਾਰਜ ਹੈ ਉਹ ਤਾਂ ਆਪ ਕਨਫਿਊਜ਼ਡ ਹੋ ਜਾਂਦਾ ਆ ਕੇ, ਜੋ ਮੈਂ ਦੇਖਿਆ ਇਹਨਾਂ ਦਾ ਕਲੇਸ਼ ਤੇ ਮੁੱਕਦਾ ਹੀ ਨਹੀਂ ਹੈ, ਇੰਨਾ ਕਲੇਸ਼ ਤੇ ਬਈ ਆਪਾਂ ਕਹਿੰਦੇ ਨੇ ਵੱਸਦੇ ਘਰਾਂ 'ਚ ਭਾਂਡੇ ਖੜਕਦੇ, ਉਹ ਕਹਿੰਦਾ ਕਿ ਭਾਂਡੇ ਹੀ ਖੜਕਦੇ, ਘਰ ਤੇ ਵੱਸਦਾ ਹੀ ਨਹੀਂ ਪਿਆ। ਬਹੁਤ ਸ਼ੁਕਰੀਆ ਦੋਸਤੋ, ਲਿਖਿਆ ਮੈਸੇਜ 3804 ਦੇ ਵੀ, ਚਾਵਲਾ ਸਾਹਿਬ ਮਿੰਟੂ ਜੀ ਦਾ ਐਲਨ ਮਸਕ ਬਾਰੇ ਐਨਾਲਿਸਿਸ ਛਾ ਗਏ। ਮਿੰਟੂ ਜੀ ਤੁਸੀਂ ਬਿਲਕੁਲ ਸਹੀ ਕਿਹਾ, ਕੁਇਕਲੀ 30 ਸੈਕਿੰਡ ਦੇ ਵਿੱਚ ਆਪ ਦਾ ਵਿਧਾਇਕ ਕੇਸ ਵਿੱਚੋਂ ਬਰੀ, ਕੀ ਕਹਿਣਾ ਚਾਹੋਗੇ? ਯਾਰ ਤੇਰਾ ਬਰੀ ਹੋ ਗਿਆ ਤੇ ਵੰਡ ਲੱਛੀਏ ਮਠਿਆਈਆਂ, ਆ ਇੱਥੇ ਰੱਖ। ਗੱਲ ਇਹ ਆ ਕਿ ਬਈ ਇਹ ਅੰਗੁਰਾਲ ਸਾਹਿਬ ਆ, ਭਾਰਤੀ ਜਨਤਾ ਪਾਰਟੀ 'ਚ ਹੁੰਦੇ ਸੀ, ਕਿਹੜਾ ਕਿਹੜਾ ਕੇਸ ਆ ਜਿਹੜਾ ਮੇਰੇ ਵਾਂਗੂ ਇਹਦੇ ਤੇ ਨਹੀਂ ਪਿਆ, ਜੂਏ ਦਾ, ਗਵਾਹ ਦਾ। ਤੇ ਜੂਏ 'ਚੋਂ ਪਹਿਲਾਂ ਬਰੀ ਹੋ ਗਿਆ ਸੀ, ਜੂਆ ਕਿਸੇ ਕਾ ਨਹੀਂ ਹੋਆ, ਪਰ ਇਹ ਆ ਕਿ ਜਦੋਂ ਤੁਹਾਡੇ ਕੋਲ ਪਾਰਟੀ 'ਚ ਸੱਤਾ ਆ ਗਈ, ਹੁਣ ਸਜ਼ਾ ਨਹੀਂ ਕਿਸੇ ਨੂੰ ਹੋਣੀ। ਤਾਂ ਗੱਲ ਇਹ ਆ ਕਿ ਜਿਹਨੂੰ ਸਜ਼ਾ ਹੋ ਗਈ ਅਮਨ ਅਰੋੜਾ ਨੂੰ, ਉਹਦੀ ਮੈਂਬਰਸ਼ਿਪ ਨਹੀਂ ਜਾਣੀ। ਹੁਣ ਮਸਲਾ ਤੇ ਇਹ ਆ ਕਿ ਵੇਖ ਲਓ, ਤੁਹਾਡਾ ਧੜ ਕੇਸ ਨਿਬੜ ਰਹੇ ਨੇ, ਚਲੋ ਮੁਬਾਰਕਬਾਦ ਆ। ਅਗਵਾ ਵਾਲਾ ਕੇਸ ਸੀਗਾ, ਵੇਖੋ ਕਿ ਇਹ ਕਹਿੰਦੇ ਸੀਗੇ ਕਿ ਬੇਦਾਗ ਬੰਦਿਆਂ ਨੂੰ ਟਿਕਟਾਂ ਦੇਵਾਂਗੇ, ਹਾਲਾਂਕਿ ਕੇਸ ਕਿਸੇ ਤੇ ਵੀ ਰਜਿਸਟਰਡ ਹੋ ਜਾਂਦੇ ਆ। ਜੂਆ ਐਕਟ ਦਾ ਵੀ ਕੇਸ ਅੰਗਰਵਾਲ ਤੇ ਅਗਵਾ ਕਾਂਡ ਦਾ ਵੀ ਕੇਸ, ਇਹ ਤੇ ਹੁਣ ਦੇਖਣ ਵਾਲਾ। ਮੈਂ ਇਹਦਾ ਫੋਲਦਾ ਐਫੀਡੈਵਿਟ ਕਿ ਕੀ ਇਹਨੇ ਐਫੀਡੈਵਿਟ ਦੇ ਵਿੱਚ ਲਿਖਿਆ ਸੀ ਕਿ ਨਹੀਂ ਜੀ, ਜੇ ਨਹੀਂ ਲਿਖਿਆ ਤੇ ਉਹ ਵੀ ਇੱਕ ਬੜੀ ਚਰਚਾ ਵੱਡੀ ਬਣ ਜਾਣੀ। ਬਹੁਤ ਸ਼ੁਕਰੀਆ, ਥੈਂਕ ਯੂ, ਸੋ ਨਾਈਸ ਸਰ, ਸਤਿ ਸ੍ਰੀ ਅਕਾਲ। ਯੂ ਆਰ ਲਿਸਨਿੰਗ ਟੂ CNN ਟੋਰਾਂਟੋ, ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।